ਉਹ ਲੋਕ ਨੇ ਜਿਹੜੇ ਅਖਾੜੇ ਦੇ ਵਿੱਚ ਜਾ ਕੇ ਦਾ ਪੇਚ ਦੇ ਨਾਲ ਆਪਣੀ ਕਫਤਾ ਲਿਖਦੇ ਆ 13-14 ਸਾਲ ਦਾ ਸੀ ਉਦੋਂ ਮੈਨੂੰ ਕੁਸ਼ਤੀ ਦਾ ਕਾਫੀ ਸ਼ੌਕ ਪੈ ਗਿਆ ਸੀ ਕਿਉਂਕਿ ਸਾਡੇ ਪਿੰਡ ਹਰ ਸਾਲ ਸ਼ੈਹ ਜੁੰਦੀ ਆ ਪੜਾਈ ਦੇ ਵਿੱਚ ਮੈਂ ਤਕਰੀਬਨ ਠੀਕ ਸੀ ਕਿਉਂਕਿ ਮਾਹੌਲ ਇਦਾਂ ਦਾ ਹੀ ਹੋਸਟਲ ਦਾ ਸੀ ਔਰ ਸਾਰੇ ਤਕਰੀਬਨ ਪੜ੍ਹਦੇ ਸੀ ਪਰ ਪੜਾਈ ਦੇ ਨਾਲੋਂ ਮੈਂ ਗੇਮ ਨੂੰ ਜ਼ਿਆਦਾ ਤਰਜੀਹ ਦਿੰਦਾ ਸੀਗਾ 83 84 ਦੇ ਵਿੱਚ ਫਿਰ ਮੈਂ ਟ్రਾਇਲ ਦਿੱਤੇ ਸੀਗੇ ਐਨਏਐਸ ਪਟਿਆਲਾ ਜਿਹੜਾ ਸਭ ਤੋਂ ਵੱਡਾ ਏਸ਼ੀਆ ਦਾ ਇੰਸਟੀਚੂਟ ਆ ਜਿੱਥੋਂ ਕੋਚ ਤਿਆਰ ਹੁੰਦੇ ਆ ਬਿਲਕੁਲ ਤੇ ਉਦੋਂ ਮੈਨੂੰ ਲੱਗਦਾ ਕੋਈ ਸਾਡੇ 100 ਦੇ ਕਰੀਬ ਜਿਹੜੇ ਇੰਟਰਨੈਸ਼ਨਲ ਤੇ ਨੈਸ਼ਨਲ ਮੈਡਲ Winner ਜਿਹੜੇ ਸੀ ਸਾਰੇ ਉੱਥੇ ਟ్రਾਇਲ ਦੇਣ ਆਏ ਸੀ ਮੇਰੀ ਉਮਰ ਉਦੋਂ 24 ਸਾਲ ਵੀ ਨਹੀਂ ਸੀ ਘੱਟ ਸੀ ਪਰ ਮੈਂ ਟ్రਾਇਲ ਦਿੱਤੇ ਹੋਰ ਮੈਂ ਆਪਣੇ ਸਿਲੈਕਟ ਹੋਇਆ ਉੱਥੇ ਕੋਰਸ ਵਾਸਤੇ ਕਲਾ ਦੇ ਅੰਗ ਸੰਗ ਵਿੱਚ ਮੋਹਣਗਿੱਲ ਵੱਲੋਂ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਚੈਨਲ ਪੰਜਾਬੀ ਦੇ ਉੱਤੇ ਹਰ ਹਫ਼ਤੇ ਇਸ ਪ੍ਰੋਗਰਾਮ ਨੂੰ ਜੋ ਤੁਸੀਂ ਮਾਣਦੇ ਰਹੇ ਹੋ ਉਸ ਲਈ ਮੈਂ ਬਹੁਤ-ਬਹੁਤ ਧੰਨਵਾਦ ਦਿਆਂ ਤੁਹਾਡਾ ਸਾਰਿਆਂ ਦਾ ਹੁਣ ਤੱਕ ਅਸੀਂ ਕਲਾ ਦੇ ਖੇਤਰ ਦੇ ਬਹੁਤ ਏਰੀਆ ਜਿਹੜੇ ਕਵਰ ਕੀਤੇ ਨੇ ਉਹਦੇ ਵਿੱਚ ਲੇਖਕ ਉਹਦੇ ਵਿੱਚ ਅਸੀਂ ਬਹੁਤ ਘਾੜੇ ਪੇਂਟਰ ਪਰ ਅੱਜ ਜਿਹੜੀ ਕਲਾ ਦੀ ਗੱਲ ਕਰਦੀਆਂ ਇਹ ਉਹ ਲੋਕ ਨੇ ਹੋਰ ਤਾਂ ਲੇਖਕ ਵਗੈਰਾ ਤਾਂ ਕਾਗਜ਼ ਦੇ ਉੱਤੇ ਆਪਣੀ ਕਫਤਾ ਰਚਦੇ ਆ ਇਹ ਉਹ ਲੋਕ ਨੇ ਜਿਹੜੇ ਅਖਾੜੇ ਦੇ ਵਿੱਚ ਜਾ ਕੇ ਦਾ ਪੇਚ ਦੇ ਨਾਲ ਆਪਣੀ ਕਫਤਾ ਲਿਖਦੇ ਆ ਭਲਵਾਨ ਮੇਰਾ ਮਤਲਬ ਹੈ ਰੈਸਲਿੰਗ ਅੱਜ ਮੈਂ ਬੜਾ ਮਾਣ ਮਹਿਸੂਸ ਕਰ ਰਿਹਾ ਕਿ ਪੰਜਾਬ ਦੇ ਉੱਤੋਂ ਪੰਜਾਬ ਤੋਂ ਚੀਫ ਕੋਚ ਗਵਿੰਦਰ ਸਿੰਘ ਸੰਘਾ ਜੀ ਸਾਡੇ ਕੋਲ ਆਏ ਹੋਏ ਨੇ ਆਓ ਸਭ ਤੋਂ ਪਹਿਲਾਂ ਤਾਂ ਆਪਾਂ ਪ੍ਰੋਗਰਾਮ ਵਿੱਚ ਉਹਨਾਂ ਦਾ ਸਵਾਗਤ ਕਰਦੇ ਆ ਸੰਘਾ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਸੰਗਾ ਸਾਹਿਬ ਬਹੁਤ ਲੰਬਾ ਸਮਾਂ ਇਸ ਰੈਸਲਿੰਗ ਦੇ ਵਿੱਚ गुजारਿਆ ਹੈਗਾ ਹਾਂਜੀ ਉਹਦੇ ਤੇ ਆਪਾਂ ਆਉਣੇ ਆ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਸੀਂ ਕੀ ਤੁਹਾਡੀ ਬੈਕਗ੍ਰਾਉਂਡ ਆ ਤੇ ਉਸ ਦੇ ਨਾਲ ਨਾਲ ਕਿਸ ਤਰ੍ਹਾਂ ਇਸ ਖੇਤਰ ਦੇ ਵਿੱਚ ਆਏ ਗਿਲ ਸਾਹਿਬ ਮੇਰਾ ਜਿਹੜਾ ਜਨਮ ਹੈ ਉਹ 14 ਅਪ੍ਰੈਲ 1951 ਚ ਪਿੰਡ ਕਾਲਾ ਸੰਗਿਆ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਜਨਮ ਹੋਇਆ ਔਰ ਜਿਹੜੀ ਜਿਹੜੀ ਮੇਰੀ ਮੁੱਢਲੀ ਪੜ੍ਹਾਈ ਆ ਹੂੰ ਫਸਟ ਤੋਂ 9th ਤੱਕ ਜਿਹੜੀ ਆ ਉਹ ਗਦਰੀ ਬਾਬਾ ਹਰਨਾਮ ਸਿੰਘ ਜੋ ਸਰਕਾਰੀ ਹਾਈ ਸਕੂਲ ਆ ਕਾਲਾ ਸੰਗਿਆ ਉੱਥੋਂ ਹੋਈ ਆ ਹੂੰ ਤੇ ਜਦੋਂ ਮੈਂ 13-14 ਸਾਲ ਦਾ ਸੀ ਉਦੋਂ ਮੈਨੂੰ ਕੁਸ਼ਤੀ ਦਾ ਕਾਫੀ ਸ਼ੌਕ ਪੈ ਗਿਆ ਸੀ ਕਿਉਂਕਿ ਸਾਡੇ ਪਿੰਡ ਹਰ ਸਾਲ ਸ਼ੇਹਜ ਹੁੰਦੀ ਆ ਉਹ ਨਾਲ ਵਾਲੇ ਦੋਲੇ ਪਿੰਡਾਂ ਦੇ ਵਿੱਚ ਪਰਿਵਾਰ ਦੇ ਵਿੱਚ ਕੋਈ ਸੀ ਪਹਿਲਾਂ ਕੁਸ਼ਤੀ ਕਰਦਾ ਅ ਸਾਡੇ ਪਰਿਵਾਰ ਦੇ ਵਿੱਚ ਮੇ ਤੋਂ ਪਹਿਲਾਂ ਕੋਈ ਕੁਸ਼ਤੀ ਨਹੀਂ ਕਰਦਾ ਲੇਕਿਨ ਮੇਰੇ ਫਾਦਰ ਦਾ ਇੱਕ ਸੁਪਨਾ ਸੀ ਵੀ ਮੇਰਾ ਪੁੱਤ ਪ੍ਰਵਾਨ ਬਣੇ ਅੱਛਾ ਹਾਂਜੀ ਤੇ ਇਹ ਫਿਰ ਪਿੰਡ ਦੇ ਅੜੜੋੜ ਵਾਲੇ ਜਿਹੜੀਆਂ ਕੁਸ਼ਤੀ ਹੁੰਦੇ ਸੀ ਉਹਨੂੰ ਦੇਖ ਕੇ ਮਨ ਦੇ ਵਿੱਚ ਫੁਰਨਾ ਆਇਆ ਵੀ ਮੈਂ ਵੀ ਕੁਸ਼ਤੀ ਕਰਾਂ ਹਾਂਜੀ ਸਕੂਲ ਦੇ ਜਿੱਦਾਂ ਜਦੋਂ ਮੈਂ 6ਵੀਂ 7ਵੀਂ ਦੇ ਵਿੱਚ ਹੋਇਆ ਤਾਂ ਟੀਮਾਂ ਬਣੀਆਂ ਸ਼ੁਰੂ ਹੋ ਗਈਆਂ ਸੀ ਕਪੂਰਥਲੇ ਅਸੀਂ ਘੁਲਣ ਜਾਂਦੇ ਹੁੰਦੇ ਸਕੂਲ ਵਾਲੋਂ ਤੇ ਮੈਨੂੰ ਲੱਗਦਾ ਮੈਂ ਉਦੋਂ 8ਵੀਂ ਦੇ ਵਿੱਚ ਸੀਗਾ ਤਾਂ ਮੈਂ ਡਿਸਟ੍ਰਿਕਟ ਦੇ ਵਿੱਚੋਂ ਸੈਕੰਡ ਆਇਆ ਇਹ ਮੈਨੂੰ ਬੜੀ ਖੁਸ਼ੀ ਕੋਈ ਸੀ ਆਪਣੇ ਭਾਰ ਚ ਤੇ ਜਦੋਂ ਮੈਂ 9ਵੀਂ ਕਲਾਸ ਕੀਤੀ ਤੇ ਉਦੋਂ 2-4 ਸਾਲ ਪਹਿਲਾਂ ਇੱਕ ਸ਼੍ਰੀਮ ਪੰਡਿਆ ਸ੍ਰੀ ਸ਼ੰਕਰ ਨਕੋਦਰ ਦੇ ਲਾਗੇ ਉੱਥੇ ਸ਼ੰਜ ਬੜੇ ਮਸ਼ਹੂਰ ਆ ਸ਼ੰਜ ਬਹੁਤ ਮਸ਼ਹੂਰ ਆਂ ਜੀ ਉੱਥੇ ਸਰਦਾਰ ਅਮਰਾਉ ਸਿੰਘ ਉਥੋਂ ਦੇ ਸਪੋਰਟਸ ਮਿਨਿਸਟਰ ਹੁੰਦੇ ਜੀ ਉਹਨਾਂ ਨੇ ਇੱਕ ਸਪੋਰਟਸ ਸਕੂਲ ਖੋਲਿਆ ਸੀਗਾ ਸਟੇਟ ਲੈਵਲ ਦਾ ਤੇ ਮੈਨੂੰ ਵੀ ਇਹਦਾ ਪਤਾ ਲੱਗਾ ਔਰ ਸਾਡੇ ਫੇਰ ਬਜ਼ੁਰਗ ਉੱਥੇ ਲੈ ਕੇ ਗਏ ਸੀ ਉਹਨਾਂ ਨੇ ਮੇਰੇ ਟ్రਾਇਲ ਦਵਾਏ ਸਟੇਟ ਲੈਵਲ ਤੇ ਟ్రਾਇਲ ਹੋਏ ਮੇਰੇ ਚਾਰ ਉਦੋਂ ਦੇ ਜਿਹੜੇ ਮੇਰੇ weight ਦੇ ਪਹਿਲਵਾਨ ਸੀ 64 ਕਿਲੋ ਦੇ ਮੇਰੇ ਉਹਨਾਂ ਨੇ ਟ్రਾਇਲ ਹੋਇਆ ਮੈਂ ਸਾਰਿਆਂ ਨੂੰ ਹਰਾ ਕੇ ਤੇ ਉਹ ਸਪੋਰਟ ਸਕੂਲ ਦੇ ਵਿੱਚ ਪ੍ਰਵੇਸ਼ ਕੀਤਾ ਇਹ ਸਰਕਾਰੀ ਸੀਗਾ ਸਕੂਲ ਹਾਂਜੀ ਸਰਕਾਰੀ ਗਵਰਨਮੈਂਟ ਸਕੂਲ ਸੀਗਾ ਜੀ ਅੱਛਾ ਉਹਦੇ ਵਿੱਚ ਤੁਹਾਨੂੰ ਸਹੂਦਾ ਖਾਣ ਪੀਣ ਲਈ ਦਿੰਦੇ ਸੀਗਾ ਹਾਂਜੀ ਸਾਰੀ ਜਿੰਨਾ ਵੀ ਜੋ ਡਾਈਟ ਸੀ ਰਹਿ ਹੈ ਸੀ ਪੜ੍ਹਾਈ ਦਾ ਖਰਚਾ ਸਾਰਾ ਟੋਟਲ ਫ੍ਰੀ ਸੀਗਾ ਬਲ ਤੇ ਉਹਦੇ ਵਿੱਚ ਹੋਰ ਵੀ ਰੈਸਲਿੰਗ ਦੇ ਨਾਲ-ਨਾਲ ਹੋਰ ਵੀ ਤਿੰਨ ਚਾਰ ਗੇਮਾਂ ਸੀਗੀਆਂ ਔਰ ਸੂਚਾ ਸਿੰਘ ਰੰਧਾਵਾ ਜਿਹੜੇ ਉੱਥੋਂ ਦੇ ਸਾਡੇ ਕੋਚ ਸੀ ਰੈਸਲਿੰਗ ਦੇ ਅੱਛਾ ਅੱਜ ਕੱਲ ਉਹ ਰਿਟਾਇਰ ਹੋ ਗਿਆ ਔਰ ਨਿਊਜ਼ੀਲੈਂਡ ਸੈਟਲ ਹੋ ਗਿਆ ਹਾਂਜੀ ਤੇ ਇਹ ਇਹ ਸਕੂਲ ਤੋਂ ਬਾਅਦ ਫਿਰ ਤੁਸੀਂ ਕਾਲਜ ਦੇ ਵਿੱਚ ਵੀ ਤੁਹਾਨੂੰ ਸਪੋਰਟਸ ਦੇ ਆਸਰੇ ਦਾਖਲਾ ਮਿਲ ਗਿਆ ਹਾਂਜੀ ਐਕਚੁਅਲੀ 10ਵੀਂ ਕਲਾਸ ਜਿਹੜੀ ਉਹ ਮੈਂ ਸਪੋਰਟ ਸਕੂਲ ਸ਼੍ਰੀਂਗ ਕੀਤੀ ਸੀਗੀ ਉਦੋਂ ਮੈਂ ਪੰਜਾਬ ਦੇ ਵਿੱਚੋਂ ਆਪਣੇ ਵੇਡ ਦੇ ਵਿੱਚ ਚੌਥੇ ਨੰਬਰ ਤੇ ਆਇਆ ਸੀਗਾ ਉਹ ਠੰਡੇ ਸਟੇਟ ਚੈਂਪੀਅਨਸ਼ਿਪ ਹੋਈ ਸੀ ਸਕੂਲਾਂ ਦੀ ਤੇ 10ਵੀਂ ਫਿਰ ਜਿਹੜੇ ਮੈਂ ਉੱਥੇ ਹੀ ਕੀਤੀ ਸ਼ੰਕਰ ਤੋਂ ਕਿਉਂਕਿ ਜਿਹੜਾ ਬੋਰਡ ਸੀ ਉਹ ਸ਼ੰਕਰ ਸੀਗਾ ਹਾਂਜੀ ਸਕੂਲਾਂ ਦਾ ਸਕੂਲ ਤੇ ਅਗਲੇ ਸਾਲ ਫਿਰ 70 879 ਜਿਹੜਾ ਮੈਂ ਸਪੋਰਟ ਸਕੂਲ ਮੇਰੀ ਐਡਮਿਸ਼ਨ ਹੋ ਗਈ ਜਲੰਧਰ ਉੱਥੇ ਵੀ ਮੈਂ ਟ్రਾਇਲ ਦਿੱਤੇ ਉਹ ਵੀ ਇੱਕ ਇੰਡੀਆ ਲੈਵਲ ਦਾ ਸਕੂਲ ਸੀਗਾ ਉੱਥੇ ਕਾਫੀ ਉਥੋਂ ਇੰਟਰਨੈਸ਼ਨਲ ਖਿਡਾਰੀ ਨਿਕਲੇ ਆ ਔਰ ਹਾਇਰ ਸਕੰਡੀ ਜਿਹੜੀ ਆ ਮੈਂ ਉਸ ਸਪੋਰਟ ਸਕੂਲ ਚੋਂ ਕੀਤੀ ਅੱਛਾ ਫਿਰ ਉਸ ਤੋਂ ਬਾਅਦ ਮੈਂ ਉਦੋਂ ਮੈਂ ਸਟੇਟ ਚ 골ਡ ਲੈ ਸਕਾ ਆਪਣੇ ਵੇਚ ਵਾਹ ਤੇ ਉਸ ਤੋਂ ਬਾਅਦ ਫਿਰ ਮੇਰੀ ਮੈਂ ਟ్రਾਇਲ ਦਿੱਤੇ ਸਪੋਰਟ ਕਾਲਜ ਵੀ ਨਾਲ ਹੀ ਆ ਉੱਥੇ ਮੇਰਾ ਸਿਲੈਕਸ਼ਨ ਹੋ ਗਿਆ ਸੀਗਾ ਹਾਂ ਤੇ ਉਦੋਂ ਮੈਂ ਯੂਨੀਵਰਸਿਟੀ ਦੇ ਵਿੱਚੋਂ ਫਰਸਟ ਆਇਆ ਸੀ ਆਪਣੇ weight 'ਚ ਵਾਹ ਫਿਰ ਸੈਂਸਰਾ ਚੱਲਦਾ ਰਿਹਾ ਔਰ ਉਦੋਂ ਬਾਅਦ ਫਿਰ ਸੀਨੀਅਰ ਸਟੇਟ ਚੈਂਪੀਅਨਸ਼ਿਪ ਉੱਥੇ ਹੋਈ ਹਾਂਜੀ ਤੇ ਸਾਡੇ ਫਰੀਦਕੋਟ ਦੇ ਇੱਕ ਕੋਚ ਐ ਸਰਦਾਰ ਜਗਦੇਵ ਸਿੰਘ ਢਾਲੀਵਾਲ ਉਹਨਾਂ ਨੇ ਮੇਰੀਆਂ ਕੁਸ਼ਤੀਆਂ ਦੇਖੀਆਂ ਮੈਂ ਫਾਈਨਲ ਦੇ ਵਿੱਚ ਪਹੁੰਚ ਗਿਆ ਸੀ ਔਰ ਉਹਨਾਂ ਨੇ ਮੇਰੀ ਕੁਸ਼ਤੀਆਂ ਨੂੰ ਦੇਖਦੇ ਉਹਨਾਂ ਨੇ ਕਿਹਾ ਵੀ ਤੇਰੇ ਲਈ ਸਾਰੀ ਫੈਸਿਲਿਟੀ ਦੇਵਾਂਗੇ ਤੂੰ ਫਰੀਦਕੋਟ ਸਾਡਾ ਬਰਜੇਂਦਰਾ ਕਾਲਜ ਆ ਉੱਥੇ ਸਾਡੀ ਟੀਮ ਹੈ ਉੱਥੇ ਵਿੰਗ ਹੈ ਸਪੋਰਟਸ ਦਾ ਫਿਰ ਤੂੰ ਉੱਥੇ ਆਉ ਟ్రਾਇਲ ਦੇ ਫਿਰ ਮੈਂ ਆਪਣੇ ਦੋਸਤਾਂ ਦੇ ਨਾਲ ਉੱਥੇ ਗਿਆ ਸੀ ਤੇ ਮੈਂ ਟ్రਾਇਲ ਦਿੱਤੇ ਔਰ ਸੈਲੈਕਟ ਹੋ ਗਿਆ ਫਿਰ ਮੈਂ ਉੱਥੋਂ ਯੂਨੀਵਰਸਿਟੀ ਐਂਟਰ ਯੂਨੀਵਰਸਿਟੀਆਂ ਗ੍ਰੈਜੂਏਸ਼ਨ ਸੀਨੀਅਰ ਨੈਸ਼ਨਲ ਔਰ ਨੈਸ਼ਨਲ ਦੇ ਵਿੱਚੋਂ ਸਿਲਵਰ ਮੈਡਲ ਜਿੱਤਿਆ ਔਰ ਤਿੰਨ ਵਾਰੀ ਯੂਨੀਵਰਸਿਟੀ ਦਾ 골ਡ ਲਿਆ ਯੂਨੀਵਰਸਿਟੀ ਦੀ ਕੈਪਟਨਸ਼ਿਪ ਕੀਤੀ ਔਰ ਅਲੱਗ-ਅਲੱਗ ਸ ਗ੍ਰੈਜੂਏਸ਼ਨ ਉਤੋਂ ਹੋਈ 80 283 83 ਦੇ ਵਿੱਚ ਤੇ ਉੱਥੇ ਫਿਰ ਜਦੋਂ ਤੁਸੀਂ ਮਤਲਬ ਪੜਦੇ ਸੀ ਪੜਾਈ ਦੇ ਨਾਲ ਨਾਲ ਪੜਾਈ ਚ ਕਿਹੋ ਜਿਹੀ ਸੀ ਪੜਾਈ ਨਾ ਕੀ ਹੁੰਦਾ ਪੜਾਈ ਦੇ ਵਿੱਚ ਮੈਂ ਤਕਰੀਬਨ ਠੀਕ ਸੀ ਕਿਉਂਕਿ ਮਾਹੌਲ ਇਦਾਂ ਦਾ ਹੀ ਹੋਸਟਲ ਦਾ ਸੀ ਔਰ ਸਾਰੇ ਤਕਰੀਬਨ ਪੜਦੇ ਸੀ ਪਰ ਪੜਾਈ ਦੇ ਨਾਲੋਂ ਮੈਂ ਗੇਮ ਨੂੰ ਜ਼ਿਆਦਾ ਤਰਜੀਹ ਦਿੰਦਾ ਸੀਗਾ ਤੇ ਸਾਡੇ ਬਜ਼ੁਰਗਾਂ ਦੀ ਵੀ ਮੈਨੂੰ ਕਾਫੀ ਸਪੋਰਟ ਸੀ ਤੇ ਪੁੱਤਰਾ ਜ਼ਿੰਦਗੀ ਬਣਾਉਣੀ ਆ ਕਿਉਂਕਿ ਦੁਆਬੇ ਦੇ ਵਿੱਚ ਜ਼ਮੀਨਾਂ ਬਹੁਤ ਥੋੜੀਆਂ ਆ ਉਹਨਾਂ ਨੇ ਕਿਹਾ ਸੀਗਾ ਵੀ ਤੈਨੂੰ ਅਸੀਂ ਸਾਰੀ ਫੈਸਿਲਿਟੀ ਦਿੰਨੇ ਆ ਤੂੰ ਹੁਣ ਪਿੱਛੇ ਮੁੜ ਕੇ ਨਹੀਂ ਦੇਖਣਾ ਹੁਣ ਜਾਣਾ ਅੱਗੇ ਜਾਣਾ ਤੇ ਫਿਰ ਮੇਰੇ ਵੀ ਮੰਦੇ ਵਿੱਚ ਸੀਗਾ ਵੀ ਜੋ ਪਿਤਾ ਜੀ ਦਾ ਮਾਤਾ ਜੀ ਦਾ ਜੋ ਆਪਣੇ ਪਰਿਵਾਰ ਦਾ ਜੋ ਵੀ ਸੁਪਨਾ ਹੋ ਸਾਕਾਰ ਕਰਨਾ ਪੂਰਾ ਕਰ ਤੋ ਮੈਂ ਗ੍ਰੈਜੂਏਸ਼ਨ ਕੀਤੀ ਉੱਥੋਂ ਇਸ ਦੌਰਾਨ ਜਿਵੇਂ ਹੁਣ ਤੁਸੀਂ ਕਾਲਜ 'ਚ ਪੜ੍ਹਦੇ ਸੀਗੇ ਕੋਚਸ ਕਿਸ ਤਰ੍ਹਾਂ ਦੇ ਵਧੀਆ ਕੋਚਾਂ ਦਾ ਮਿਲੇ ਤੁਹਾਨੂੰ ਬਹੁਤ ਹੀ ਵਧੀਆ ਕੋਚ ਜੀ ਸਰਦਾਰ ਜਗਦੇਵ ਸਿੰਘ ਢਾਲੀਵਾਲ ਜੋ ਪੰਜਾਬ ਦੇ ਰੈਸਲਿੰਗ ਐਸੋਸੀਏਸ਼ਨ ਦੇ ਵਿੱਚ ਵੀ ਸੀਗੇ ਮੈਂਬਰ ਲੇਕਿਨ ਉਹਨਾਂ ਨੇ ਬਹੁਤ ਸਪੋਰਟ ਕੀਤੀ ਮੈਨੂੰ ਸਾਡੇ ਨਾਲ ਹੋਰ ਵੀ 15-20 ਪਹਿਲਵਾਨ ਸੀ ਜਿਹੜੇ ਕੋਈ ਪੁਲਿਸ ਦੇ ਵਿੱਚ ਭਰਤੀ ਹੋਏ ਕੋਈ ਇੱਕ ਮੇਰਾ ਸਾਥੀ ਹਰਗੋਬਿੰਦ ਸਿੰਘ ਹੈ ਉਹ ਅੱਜ ਇੰਡੀਆ ਟੀਮ ਦਾ ਚੀਫ ਕੋਚ ਹੈ ਉਹ ਵੀ ਮੇਰੇ ਨਾਲ ਹੋਣਿਆ ਸਤੰਬਰ ਚ ਰਟਾਇਆ ਮੈਂ ਅਪ੍ਰੈਲ ਦੇ ਵਿੱਚ ਰਿਟਾਇਰਮੈਂਟ ਬੰਬੇ ਤੋਂ ਤੇ ਅਸੀਂ 83 84 ਦੇ ਵਿੱਚ ਫਿਰ ਮੈਂ ਟ్రਾਇਲ ਦਿੱਤੇ ਸੀਗੇ ਐਨਏਐਸ ਪਟਿਆਲਾ ਜਿਹੜਾ ਸਭ ਤੋਂ ਵੱਡਾ ਏਸ਼ੀਆ ਦਾ ਇੰਸਟੀਚੂਟ ਆ ਜਿੱਥੇ ਕੋਚ ਤਿਆਰ ਹੁੰਦੇ ਆ ਬਿਲਕੁਲ ਤੇ ਉਦੋਂ ਮੈਨੂੰ ਲੱਗਦਾ ਕੋਈ ਸਾਡੇ 100 ਦੇ ਕਰੀਬ ਜਿਹੜੇ ਇੰਟਰਨੈਸ਼ਨਲ ਤੇ ਨੈਸ਼ਨਲ ਮੈਡਲ Winner ਜਿਹੜੇ ਹੀ ਸਾਰੇ ਉੱਥੇ ਟ్రਾਇਲ ਦੇਣ ਆਏ ਸੀ ਹਾਂਜੀ ਮੇਰੀ ਉਮਰ ਉਦੋਂ 24 ਸਾਲ ਵੀ ਨਹੀਂ ਸੀ ਕੱਟ ਸੀ ਪਰ ਮੈਂ ਟ్రਾਇਲ ਦਿੱਤੇ ਤੇ ਮੈਂ ਆਪਣੇ ਸਿਲੈਕਟ ਹੋਇਆ ਉੱਥੇ ਕੋਰਸ ਵਾਸਤੇ ਉਹਦੀ ਫਿਰ ਐਨਏਐਸ ਕੀਤੀ ਰੈਸਲਿੰਗ ਦੀ 83 84 ਦੇ ਵਿੱਚ ਮੈਂ ਉਥੋਂ ਕੋਰਸ ਕੀਤਾ ਜਿਹੜਾ ਰੈਸਲਿੰਗ ਦਾ ਜਿਹੜਾ ਜੀ ਅੱਛਾ ਮੈਨੂੰ ਮਾੜਾ ਜਿਹਾ ਪਾਸੇ ਦੀ ਗੱਲ ਆ ਜਿਵੇਂ ਹੁਣ ਤੁਸੀਂ ਇੱਕ ਕਾਲਜ ਸਕੂਲ ਜਾਂ ਕਾਲਜ ਦੇ ਚੰਡਾ ਹੋਇਆ ਇੱਕ ਪਹਿਲਵਾਨ ਹਾਂਜੀ ਤੇ ਉਸ ਟਾਈਮ ਦੇ ਵਿੱਚ ਆਪਣੇ ਹੁਣ ਵੀ ਪਿੰਡਾਂ ਦੇ ਵਿੱਚ ਤਾਂ ਕੁਸ਼ਤੀਆਂ ਆਪਣੇ ਮਿੱਟੀ ਦੇ ਉੱਤੇ ਹੁੰਦੀਆਂ ਨੇ ਢੋਹੀ ਲਾਉਣ ਵਾਲੇ ਕਿ ਉਸ ਸਮੇਂ ਦੇ ਵਿੱਚ ਵੀ ਤੁਸੀਂ ਜਦੋਂ ਕਾਲੇ ਦੇ ਵਿੱਚ ਪਾਰਟਿਸਿਪੇਟ ਕਰਦੇ ਸੀਗੇ ਕਿਤੇ ਪਿੰਡਾਂ ਦੇ ਵਿੱਚ ਕੁਸ਼ਤੀ ਲੜਨ ਵੀ ਜਾਂਦੇ ਸੀ ਕਿ ਜਿਹੜੀ ਆਪਣੀ ਦੇਸੀ ਜਿਵੇਂ ਉਹ ਉੱਥੇ ਸਿੰਝ ਪੈਂਦੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਵੀ ਪਾਰਟਿਸਿਪੇਟ ਕਰਦੇ ਸੀ ਜਲ ਸਾਹਿਬ ਵੈਸੇ ਬਹੁਤ ਅੱਛੇ-ਅੱਛੇ ਦੰਗਲ ਹੁੰਦੇ ਸੀ ਛਿੰਜਾਂ ਪੈਂਦੀਆਂ ਸੀਗੀਆਂ ਮੈਟ ਤੇ ਵੀ ਕੁਸ਼ਤੀ ਹੁੰਦੀਆਂ ਮਿੱਟੀ ਤੇ ਵੀ ਕੁਸ਼ਤੀਆਂ ਹੁੰਦੀਆਂ ਸੀ ਪਰ ਜੋ ਕੋਈ ਵੀ ਪਹਿਲਵਾਨ ਕੋਲਿਆ ਉਹ ਮੈਟ ਤੇ ਬਾਅਦ ਚ ਗਿਆ ਪਹਿਲਾਂ ਉਹ ਮਿੱਟੀ ਤੇ ਹੀ ਕੋਲਿਆ ਕਿਉਂਕਿ ਆਪਣਾ ਜਿਹੜੀ ਬਰਾਸਤ ਆ ਉਹ ਮਿੱਟੀ ਆ ਉਹਨੂੰ ਆਪਾਂ ਛੱਡ ਨਹੀਂ ਸਕਦੇ ਔਰ ਇੰਡੀਆ ਦੇ ਵਿੱਚ ਚੱਲ ਜਾਓ ਪਾਕਿਸਤਾਨ ਦੇ ਵਿੱਚ ਚੱਲ ਜਾਓ ਜੇ ਕਿਸੇ ਦੇ ਵਿੱਚ ਚੱਲ ਜਾਓ ਤੁਸੀਂ ਹਾਂ ਸਾਰਾ ਆਪਣਾ ਮਿੱਟੀ ਤੇ ਹੀ ਆਪਣੀ ਬਰਾਸਤ ਆ ਉਹਨੂੰ ਆਪਾਂ ਛੱਡ ਨਹੀਂ ਸਕਦੇ ਕਿਉਂਕਿ ਲੋਕਾਂ ਦਾ ਪਿਆਰ ਜਿਹੜਾ ਆ ਉਹ ਮਿੱਟੀ ਨਾਲ ਵੀ ਹੁੰਦਾ ਜਿੰਨਾ ਮੈਟ ਨਾਲ ਆ ਬਾਕੀ ਜਿਹੜੀ ਬੰਦੇ ਨੇ ਆਪਣਾ ਕੈਰੀਅਰ ਬਣਾਉਣਾ ਉਹ ਹੈ ਮੈਟ ਜਿਹੜਾ 올림픽 ਜੋ ਸਟਾਈਲ ਕੁਸ਼ਤੀ ਹੈ ਫ੍ਰੀ ਸਟਾਈਲ ਹੈ ਜਾਂ ਗ੍ਰੀਕੋ ਰੋਮਨ ਆ ਔਰ ਜਿਹੜੇ ਮਿੱਟੀ ਦੇ ਵਿੱਚ ਤੇ ਦੰਗਲ ਪੈਂਦੇ ਆ ਉਹਨਾਂ ਦੇ ਬਹੁਤ ਵੱਡੇ ਵੱਡੇ ਕੈਸ਼ ਪ੍ਰਾਈਜ਼ ਹੁੰਦੇ ਆ ਕੈਸ਼ ਪ੍ਰਾਈਜ਼ ਲੈਣਾ ਜ਼ਰੂਰੀ ਆ ਜਿਤਨਾ ਜ਼ਰੂਰੀ ਕਿਉਂਕਿ ਪੈਸੇ ਤੋਂ ਬਿਨਾ ਤੁਸੀਂ ਆਪਣੀ ਡਾਈਟ ਨਹੀਂ ਚਲਾ ਸਕਦੇ ਇੱਕ ਰੈਸਲਰ ਦੀ ਜਿਹੜੀ ਡਾਈਟ ਆ ਮੇਰੇ ਹਿਸਾਬ ਨਾਲ ਅੱਜ ਦੇ ਹਿਸਾਬ ਨਾਲ 2000 ਰੁਪਏ ਡੇਲੀ ਉਹਨੂੰ ਚਾਹੀਦੇ ਆ ਬਾਦਾਮ ਜੂਸ ਜੋ ਵੀ ਉਹਨੇ ਖਾਣਾ ਆ ਤੇ ਉਸ ਸਮੇਂ ਵੀ ਪੈਸੇ ਦੀ ਜਰੂਰਤ ਸੀ ਔਰ ਉਹਦੇ ਨਾਲ ਜਦੋਂ ਤੁਸੀਂ ਦੰਗਲ ਦੇ ਵਿੱਚ ਜਾਂਦੇ ਹੋ ਲੋਕਾਂ ਦਾ ਐਟ ਐਟ ਟਾਈਮ ਰਿਸਪੌਂਸ ਤੁਸੀਂ ਦਾਅ ਮਾਰਿਆ ਤੁਸੀਂ ਉਹ ਕੀਤਾ ਚਿੱਤ ਕੀਤਾ ਬੰਦਾ ਲੋਕਾਂ ਦਾ ਇੱਕਦਮ ਰਿਸਪੌਂਸ ਮੇਰੇ ਖਿਆਲੋਂ ਵੀ ਬੜੀ ਵੱਡੀ ਸ਼ਕਤੀ ਹੁੰਦੀ ਆ ਬੜੀ ਬੜਾ ਰਿਸਪੌਂਸ ਮਿਲਿਆ ਜੀ ਹਾਂਜੀ ਔਰ ਲੋਕ ਆਪਣੇ ਕੰਮ ਕਾਰ ਛੱਡ ਕੇ ਦੰਗਲ ਆਰਗੇਨਾਈਜ਼ ਕਰਦੇ ਆ ਸ਼ੰਜਾ ਪਾਉਂਦੇ ਆ ਔਰ ਜਦੋਂ ਸਾਨੂੰ ਇਹ ਨਹੀਂ ਨੋਲਿਜ ਨਹੀਂ ਛੋਟੇ ਸੀ ਉਦੋਂ ਆਪਣੇ ਇਹ ਪਿੰਡ ਦੀ ਸ਼ੰਜ ਨੂੰ ਵੀ ਮੈਂ ਆਪਣੇ ਆਪ ਨੂੰ ਸਮਝਦੇ ਫਿਰ ਸ਼ਾਇਦ ਇਹ ਵਰਲਡ ਚੈਂਪੀਅਨਸ਼ਿਪ ਹੀ ਆ ਤੇ ਬੜਾ ਰਿਸ਼ਤੇਦਾਰਾ ਨੇ ਹੋਣਾ ਯਾਰਾਂ ਦੋਸਤਾਂ ਨੇ ਹੋਣਾ ਫਾਦਰ ਦੇ ਆ ਦੋਸਤਾਂ ਮਿੱਤਰਾਂ ਨੇ ਪਿੰਡੂਆਂ ਨੇ ਲੋਕਾਂ ਨੇ ਕੁਸ਼ਤੀਆਂ ਦੇਖਣੀਆਂ ਬੜਾ ਤਿਆਰੀਆਂ ਹੁੰਦੀਆਂ ਸੀ ਤੇ ਉਹ ਹੀ ਸਾਨੂੰ ਗਾਂ ਦੇ ਗਾਂ ਜਿਹੜੀ ਇੱਥੇ ਤੱਕ ਲੈ ਕੇ ਆਇਆ ਉਤੋਂ ਚਲੋ ਮੈਂ ਸਮਝਦਾ ਵੀ ਅੱਜ ਵੀ ਜਿਹੜਾ ਜੇ ਕਿਸੇ ਰੈਸਲਰ ਨੇ ਗੱਦੇ ਦੇ ਉੱਤੇ ਵਿਕੋੜਨਾ ਪੰਜਾਬੀ ਕੋਈ ਹੈ ਤਾਂ ਉਹਦੀ ਸ਼ੁਰੂਆਤ ਮਿੱਟੀ ਤੋਂ ਹੁੰਦੀ ਆ ਸੋ ਤੁਸੀਂ ਫਿਰ ਗੱਦਿਆਂ ਤੇ ਆ ਗਏ ਗੱਦਿਆਂ ਦੇ ਉੱਤੇ ਤੁਹਾਨੂੰ ਜਿਹੜੇ ਕੋਚਾਂ ਨੇ ਜਿਹੜੇ ਇੰਟਰਨੈਸ਼ਨਲ ਰੈਸਲਿੰਗ ਦੇ ਰੂਲਸ ਦੇ ਹਿਸਾਬ ਦੇ ਨਾਲ ਰੈਸਲਿੰਗ ਦੇ ਦਾਪੇ ਸਿਖਾਏ ਸਾਰਾ ਕੁਝ ਕੀਤਾ ਇਹਦੀ ਮਿੱਟੀ ਤੋਂ ਤੇ ਗੱਦੇ ਤੋਂ ਇਹਦੀ ਇਹ ਜਿਹੜੀ ਟ੍ਰੇਨਿੰਗ ਡਿਫਰੈਂਟ ਹੁੰਦੀ ਆ ਅ ਟ੍ਰੇਨਿੰਗ ਥੋੜੀ ਡਿਫਰੈਂਟ ਆ ਕਿਉਂਕਿ ਜਿਹੜੀ ਮੈਡ ਦੀ ਕੁਸ਼ਤੀ ਮਿੱਟੀ ਦੀ ਕੁਸ਼ਤੀ ਆ ਥੋੜੀ ਉਹ ਸਲੋ ਹੁੰਦੀ ਆ ਉਹਦੇ ਵਿੱਚ ਲੰਗੋਟਾ ਹੁੰਦਾ ਜਿਹੜਾ ਪਹਿਲਵਾਨ ਨੇ ਪਾਇਆ ਉਹਨੂੰ ਫੜ ਕੇ ਜਿਹੜੀ ਕੁਸ਼ਤੀ ਜ਼ਿਆਦਾਤਰ ਕਰਦੇ ਆ ਪੁਰਾਣੀ ਜੁਰੀਤੀ ਰਵਾਜ ਆ ਲੇਕਿਨ ਉਹਦੇ ਨਾਲ ਕੁਸ਼ਤੀ ਸਲੋ ਹੋ ਜਾਂਦੀ ਆ ਜਿਹੜਾ ਆਪੋਨੈਂਟ ਆ ਉਹਨੂੰ ਦਾਅ ਮੰਨ ਦਾ ਬੜਾ ਮੌਕਾ ਨਹੀਂ ਮਿਲਦਾ ਤੇ ਉਹ ਕੁਸ਼ਤੀ ਜਿਹੜੀ ਆ ਸਲੋ ਹੋ ਜਾਂਦੀ ਆ ਬਾਕੀ ਅਗਰ ਮੈਡ ਤੇ ਜੰਗ ਜਾਂ ਪਾਲਾ ਪਹਿਲਵਾਨ ਅਗਰ ਉਹ ਜੰਗ ਹੀ ਆ پکڑਣਾ ਨਾ ਹੋਵੇ ਤੇ ਪੁਆਇੰਟਾਂ ਨਾਲ ਨਾਲ ਪੁਆਇੰਟ ਚੱਲਣਾ ਤੇ ਉਹ ਕੁਸ਼ਤੀ ਮੈਡਨ ਨਾਲੋਂ ਵੀ ਜ਼ਿਆਦਾ ਵਧੀਆ ਆ ਉਹ ਗੱਲ ਇੱਕ ਹੀ ਆ ਉਹ ਕੁਸ਼ਤੀ ਮਤਲਬ ਤੇਜ਼ ਤੇਜ਼ ਚੱਲਦੀ ਆ ਉਹ ਤੇ ਮਰਗ ਮੈਂ ਵੀ ਸਮਝਦਾ ਮੈਂ ਜਿਹੜੀ ਉਹ ਸੇਂਦੂ ਵਾਲੀ ਕੁਸ਼ਤੀ ਇਸ ਤਰ੍ਹਾਂ ਜਿਵੇਂ ਸਟੇਜ ਦੇ ਉੱਤੇ ਪਲੇ ਹੋ ਰਿਹਾ ਹੋਵੇ ਤੇ ਜਿਹੜੀ ਦੂਸਰੀ ਕੁਸ਼ਤੀ ਆ ਅੱਜ ਕੱਲ ਇਹ ਆ ਵੀ ਜਿਵੇਂ ਲੋਕੀ ਟੀਵੀ ਤੇ ਦੇਖ ਰਹੇ ਜ਼ਿਆਦਾ ਦਰਸ਼ਕ ਟੀਵੀ ਦੇ ਉੱਤੇ ਬੈਠੇ ਜਾਂ ਉਹ ਦੇਖ ਰਹੇ ਹੁੰਦੇ ਨੇ ਸੰਗਾ ਸਾਹਿਬ ਅਸੀਂ ਹੁਣੇ ਵਾਪਸ ਆਉਨੇ ਆ ਅਸੀਂ ਹੁਣੇ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਵਾਪਸ ਆਉਨੇ ਆ ਕਲਾ ਦੇ ਅੰਗ ਸੰਗ ਵਿੱਚ ਅੱਜ ਗਵਿੰਦਰ ਸਿੰਘ ਸੰਗਾ ਸਾਡੇ ਪਹਿਲਵਾਨ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਹੋ ਰਹੀ ਆ ਐ ਕੁਸ਼ਤੀਆਂ ਬਾਰੇ ਤੇ ਉਹਨਾਂ ਦੇ ਜੀਵਨ ਬਾਰੇ ਤੁਸੀਂ ਤੁਹਾਡਾ ਜੀਵਨ ਇੱਕ ਤਰ੍ਹਾਂ ਨਾਲ ਮੇਰਾ ਖਾਲਾ ਕੁਸ਼ਤੀ ਦਾ ਇਤਿਹਾਸ ਦੇ ਤੌਰ ਤੇ ਕਿਹਾ ਜਾ ਸਕਦਾ ਹੈਗਾ ਹਾਂਜੀ ਤੇ ਤੁਸੀਂ ਫਿਰ ਜਦੋਂ ਐਨਆਈਐਸ ਕਰਨ ਤੋਂ ਬਾਅਦ ਉਸ ਤੋਂ ਅਗਲਾ ਜੀਵਨ ਬਾਰੇ ਉਹਦੇ ਬਾਰੇ ਦੱਸੋ ਮੈਂ 83 84 ਦੇ ਵਿੱਚ ਜਦੋਂ ਐਨਆਈਐਸ ਕਰ ਲਈ ਹਾਂਜੀ ਉਸ ਤੋਂ ਬਾਅਦ ਫਿਰ ਅਸੀਂ ਆਪਣੀ ਜੋਬ ਦੀ ਭਾਲ ਕਰਨੀ ਥੋੜੀ ਸ਼ੁਰੂ ਕੀਤੀ ਭਈ ਜੋਬ ਕਰੀਏ ਕਿਉਂਕਿ ਹੁਣ ਹੋਰ ਤਾਂ ਕੋਈ ਚਾਰਾ ਨਹੀਂ ਹੈ ਬਿਲਕੁਲ ਬਿਲਕੁਲ ਤੇ ਪਰ ਮੇਰਾ ਇੱਕ ਸੁਪਨਾ ਸੀ ਫਿਰ ਮੈਂ ਕੋਚ ਹੀ ਬਣਨਾ ਹਾਂ ਕੋਚ ਬਣਿਆ ਔਰ ਕੋਚ ਹੀ ਲੱਗਣਾ ਡਿਪਾਰਟਮੈਂਟ ਦੇ ਵਿੱਚ ਮੈਂ ਕੋਚਿੰਗ ਕਰਾਂ ਉਹਦਾ ਮੇਰਾ ਮੇਨ ਸ਼ੌਕ ਹੋ ਸੀ ਔਰ 87 uh, 31st ਮਾਰਚ 87 ਦੇ ਵਿੱਚ ਮੇਰੀ ਜਿਹੜੀ ਸਿਲੈਕਸ਼ਨ ਆ ਹਾਂ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਵਿੱਚ ਐਜ਼ ਅ ਕੋਚ ਅਸਿਸਟੈਂਟ ਕੋਚ ਹਾਂਜੀ ਮੇਰੀ ਪੋਸਟਿੰਗ ਮਹਾਰਾਸ਼ਟਰ ਚ ਹੋਈ ਅੱਛਾ ਹਾਂਜੀ ਮਹਾਰਾਸ਼ਟਰ ਕਬੱਡੀ ਕੁਸ਼ਤੀ ਦੀ ਬੜੀ ਉਹ ਕੋਈ ਤੇ ਆ ਜੀ ਉੱਥੇ ਕੁਸ਼ਤੀ ਕੋਈ ਤੇ ਉੱਥੇ ਫਿਰ ਜਦੋਂ ਤੁਸੀਂ ਹੋਏ ਉਹ ਮੇਰੇ ਖਿਆਲ ਨਾਲ ਤੁਸੀਂ ਸਾਰਾ ਟਾਈਮ ਫਿਰ ਜੌਬ ਉੱਥੇ ਹੀ ਕੀਤੀ ਆ ਮਹਾਰਾਸ਼ਟਰ ਦੇ ਵਿੱਚ ਰਿਟਾਇਰ ਹੋਏ ਹੋ तकरीबन 18 ਸਾਲ ਦੀ ਮੇਰੀ ਜਿਹੜੀ ਜੌਬ ਹੈ ਉਹ ਮਹਾਰਾਸ਼ਟਰ ਦੀ ਹੈ ਜੀ ਅੱਛਾ ਇਸ ਸਮੇਂ ਦੇ ਦੌਰਾਨ ਤੁਸੀਂ ਆਪਣੀ ਜੌਬ ਤਾਂ ਕਰਦੇ ਰਹੇ ਹੋ ਚਲੋ ਉਹ ਕਿਉਂਕਿ ਹਰ ਬੰਦਾ ਆਪਣੇ ਪਰਿਵਾਰ ਪਾਲਣ ਲਈ ਜੌਬ ਤਾਂ ਕਰਦਾ ਪਰ ਤੁਸੀਂ ਪਾਸੇ ਦੇ ਉੱਤੇ ਵੀ ਸੋਸ਼ੀਅਲੀ ਜਿਹੜੇ ਖੇਡਾਂ ਦੇ ਵਿੱਚ ਈਵਨ ਪੰਜਾਬ ਦੇ ਵਿੱਚ ਵੀ ਐਕਟਿਵ ਰਹੇ ਹੋ ਬਹੁਤ ਤੁਸੀਂ ਬਹੁਤ ਸਾਰੇ ਨਵੇਂ ਰੈਸਲਰਾਂ ਨੂੰ ਉਹ ਉਹਦੇ ਉਹਨਾਂ ਦੇ ਗਾਈਡ ਬਣੇ ਹੋ ਤੇ ਇਹ ਕਿੰਨਾ ਕਿੰਨਾ ਖਾੜਿਆਂ ਦੇ ਨਾਲ ਤੁਸੀਂ ਫਿਰ ਜੁੜੇ ਰਹੇ ਐਕਚੁਅਲੀ ਜਦੋਂ ਮੈਂ ਐਨਐਸ ਕਰ ਲਈ ਸੀ ਹਾਂਜੀ ਕੋਰਸ ਕਰ ਲਿਆ ਸੀ ਜੌਬ ਤਾਂ ਮੈਨੂੰ 2-3 ਸਾਲ ਠਹਿਰ ਕੇ ਮਿਲੀ ਕਿਉਂਕਿ ਉਦੋਂ ਜੌਬ ਨਿਕਲੀਆਂ ਨਹੀਂ ਸੀ ਜੌਬਾਂ ਹਾਂਜੀ ਤੇ ਮੈਂ ਤਕਰੀਬਨ ਜਿੰਨੇ ਵੀ ਕੰਪੀਟੀਸ਼ਨ ਹੋਣੇ ਮੈਡ ਤੇ ਮੈਂ ਜ਼ਿਆਦਾ ਫਿਰ ਮੈਡ ਰਾਂ ਕਿਉਂਕਿ ਉਹ ਸਪੋਰਟ ਸਕੂਲ ਜਦੋਂ ਮੈਂ ਆ ਗਿਆ ਕਾਲਜ ਆ ਗਿਆ ਅੱਗੇ ਦੀ ਅੱਗੇ ਫਿਰ ਮੈਂ ਜ਼ਿਆਦਾ ਜਿਹੜੀ ਓਲੰਪਿਕ ਜਿਹੜੀ ਕੁਸ਼ਤੀ ਮੈਟ ਵਾਲੀ ਆ ਇਹਦੇ ਨਾਲ ਹੀ ਜੁੜ ਗਿਆ ਇਹਦੇ ਲਈ ਜਿਆਦਾ ਧਿਆਨ ਦਿੱਤਾ ਤੇ ਉਹ ਫਿਰ ਸਾਰਾ ਜਿਹੜਾ ਸਿਸਟਮ ਚੱਲਿਆ ਤੇ ਆਫੀਸ਼ੀਅਟਿੰਗ ਦਾ ਜਿੱਦਾਂ ਹੁੰਦਾ ਰੈਫਰਸ਼ਿਪ ਆ ਕੰਪੀਟੀਸ਼ਨ ਹੋ ਰਿਹਾ ਹੈ ਉੱਥੇ ਰੈਫਰਸ਼ਿਪ ਕਰਨੀ ਆ ਉੱਥੇ ਅੰਪਾਇਰ ਬਣਨਾ ਆ ਆਪਣੀ ਜੱਜਮੈਂਟ ਦੇਣੀ ਆ ਉਹ ਮੈਂ ਬਹੁਤ ਕੰਮ ਕੀਤਾ ਅੱਛਾ ਹਾਂਜੀ ਐਜੇ ਰੈਫਰੀ ਐਜੇ ਮੈਟ ਚੇਅਰਮੈਨ ਐਜੇ ਜੱਜ ਔਰ ਉਹ ਕੰਪੀਟੀਸ਼ਨਾਂ ਲਈ ਔਰ ਜਦੋਂ ਮੈਂ ਜੋਬ 'ਚ ਆ ਗਿਆ ਜੋਬ ਤੋਂ ਬਾਅਦ ਫਿਰ ਮੈਨੂੰ ਇੱਕ ਬਹੁਤ ਵਧੀਆ ਅਖਾੜਾ ਮਿਲਿਆ ਹਾਂਜੀ ਉੱਥੇ ਕਾਫੀ ਅچھے ਪਹਿਲਵਾਨ ਸੀ ਛੋਟੇ-ਛੋਟੇ ਵੀ ਵੱਡੇ ਵੀ ਸੀ ਮੈਂ ਉਹਨਾਂ ਤੇ ਕੰਮ ਕੀਤਾ ਕਾਫੀ ਹਾਂ ਔਰ ਰਿਜ਼ਲਟ ਮਿਲੇ 2 ਸਾਲ ਬਾਅਦ ਮੇਰੀ ਪੋਸਟਿੰਗ ਬੰਬੇ ਹੋ ਗਈ ਬੰਬੇ ਸਪੋਰਟ ਅਥਾਰਟੀ ਆਫ ਇੰਡੀਆ ਨੇ ਇੱਕ ਬਹੁਤ ਵੱਡਾ ਸੈਂਟਰ ਬਣਾਇਆ 40 ਏਕੜ ਦੇ ਵਿੱਚ ਜਿਹਦੇ ਵਿੱਚ ਦੋ ਮੈਟ ਸੀ ਰੈਸਲਿੰਗ ਦੇ 400 ਮੀਟਰ ਟਰੈਕ ਅਦਰ ਸਾਰੀ ਫੈਸਿਲਿਟੀ ਹੌਸਟਲ ਤੇ ਉੱਥੇ ਮੈਂ ਫਿਰ ਇਨਚਾਰਜ ਕੋਚ ਆਪਣੇ ਜਿਹੜੀ ਗੇਮ ਦਾ ਰੈਸਲਿੰਗ ਦਾ ਮੈਨੂੰ ਉਹਨਾਂ ਨੇ ਸਪੋਰਟਸ ਟੋਰੀ ਉਹਨੇ ਮੇਰੀ ਪੋਸਟਿੰਗ ਕੀਤੀ ਬੋਮਾ ਤੁਹਾਡੀ ਦੇਖ ਰੱਖ ਦੇ ਵਿੱਚ ਬਹੁਤ ਸਾਰੇ ਐਸੇ ਪਹਿਲਵਾਨ ਪੈਦਾ ਹੋਏ ਨੇ ਜਿਨ੍ਹਾਂ ਨੇ ਚੰਗੇ ਤਕੜੇ ਮੈਡਲ 골ਡ ਮੈਡਲ ਤੱਕ ਜਿੱਤ ਕੇ ਆਏ ਨੇ ਉਹਨਾਂ ਬਾਰੇ ਥੋੜਾ ਜਿਹਾ ਜਾਣਕਾਰੀ ਦਿਓ ਸਾਡੇ ਸੈਂਟਰ ਦੇ ਵਿੱਚ ਜਿਨ੍ਹਾਂ ਸਾਡੇ ਕੋਲ ਸਕੀਮ ਸੀਗੀ 14 ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਖਿਡਾਰੀਆਂ ਦੀ ਜਿਹੜਾ ਖਿਡਾਰੀ ਅੱਗੇ ਇੰਪਰੂਵ ਕਰਦਾ ਹੈ ਉਹਨੂੰ ਹੋਰ ਟਾਈਮ ਮਿਲਦਾ ਸੀ ਲੇਕਿਨ ਉੱਥੇ ਜਾ ਕੇ ਮੈਨੂੰ ਸਾਡੇ ਕਾਫੀ ਸਾਡੇ ਨੈਸ਼ਨਲ ਜੋ ਮੈਡਲ ਆਏ ਮੈਂ ਇੰਟਰਨੈਸ਼ਨਲ ਖਿਡਾਰੀ ਤਿਆਰ ਕੀਤੇ ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜੋ ਕੁਸ਼ਤੀ ਦੀ ਇੱਕ ਪੂਜਾ ਆ ਪੂਜਾ ਉਹਨੂੰ ਮੱਕਾ ਹੀ ਮੰਨਦੇ ਆ ਔਰ ਕੁਚ ਦੀ ਉੱਥੇ ਰਿਸਪੈਕਟ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਬਾਕੀ ਸਟੇਟਾਂ ਦੇ ਨਾਲੋਂ ਤੇ ਉਹ ਬੱਚੇ ਉੱਥੇ ਟੈਲੈਂਟਡ ਕਾਫੀ ਟੈਲੈਂਟ ਮਿਲਿਆ ਮੈਨੂੰ ਮੈਂ ਸਟੇਟ ਲੈਵਲ ਤੇ ਮੇਰੀ ਡਿਊਟੀ ਲੱਗੀ ਕਿ ਤੁਸੀਂ ਜਿਹੜਾ ਟੈਲੈਂਟ ਹੈ ਉਹਨੂੰ ਸਰਚ ਕਰੋ ਤੇ ਉਹ ਮੈਨੂੰ ਫਿਰ ਜਿੱਥੇ-ਜਿੱਥੇ ਚੰਗੇ ਬੱਚੇ ਲੱਗੇ ਉਹਨਾਂ ਦੀ ਮੈਂ ਲਿਆ ਕੇ ਉੱਥੇ ਐਡਮਿਸ਼ਨ ਕਰਾਈ ਸਾਰੀ ਗਵਰਨਮੈਂਟ ਤੋਂ ਉਹਨਾਂ ਨੂੰ ਫੈਸਿਲਿਟੀ ਦਵਾਈ ਉਹਨਾਂ ਦੀ ਪੜ੍ਹਾਈ ਲਖਾਈ ਜਿੰਨਾ ਹੋਸਟਲ ਟ੍ਰੇਨਿੰਗ ਇਕੁਪਮੈਂਟ ਸਾਰਾ ਉਹਨਾਂ ਨੂੰ ਫ੍ਰੀ ਮੁਹੱਈਆ ਕਰਾਇਆ ਔਰ ਰਾਤ ਦਿਨ ਟ੍ਰੇਨਿੰਗ ਹੋਈ ਆ ਔਰ ਫਿਰ ਉਹਦੇ ਵਿੱਚੋਂ ਕਈ ਫਿਰ ਉਹ 골ਡ ਮੈਡਲ ਵਿਨ ਕਰਕੇ ਆਏ ਨੇ ਉਹਨਾਂ ਦੇ ਵਿੱਚ ਬੜੇ ਬੜੇ ਨਾਮ ਨੇ ਜਿਹਦੇ ਵਿੱਚ ਨਰਸਿੰਗ যাদਬ ਹੈ ਜੀ ਹਾਂਜੀ ਜੋ ਵਰਲਡ ਦਾ ਵੀ ਮੈਡਲਿਸਟ ਆ 올ੰਪੀਆਨ ਆ ਸੰਦੀਪ যাদਬ ਹੈ ਉਹਦੇ ਬ੍ਰਦਰ ਆ ਦੋ ਤੇ ਹੋਰ ਵੀ ਕਾਫੀ ਅੱਛੇ ਰਿਜ਼ਲਟ ਦੇ ਰਹੇ ਨੇ ਕੋਚ ਬਹੁਤ ਜਿਵੇਂ ਪੇਰੈਂਟ ਵਾਂਗੂ ਜੋ ਮਾਪੇ ਖੁਸ਼ ਹੁੰਦੇ ਆ ਆਪਣੇ ਬੱਚੇ ਦੀ ਪ੍ਰਾਪਤੀ ਦੇਖ ਕੋਚ ਵੀ ਉਸੇ ਤਰ੍ਹਾਂ ਆਪਣਾ ਜਦੋਂ ਪਲੇਅਰ ਕੋਈ ਮਲ ਮਾਰਦਾ ਤਾਂ ਉਹਨੂੰ ਵੀ ਉਸੇ ਤਰ੍ਹਾਂ ਹੀ ਖੁਸ਼ੀ ਹੁੰਦੀ ਹੈ ਬਿਲਕੁਲ ਜੀ ਬੱਚੇ ਨੂੰ ਤਾਂ ਖੁਸ਼ੀ ਹੋਣੀ ਹੈ ਉਹਦੇ ਪੇਰੈਂਟਸ ਨੂੰ ਨਹੀਂ ਲੇਕਿਨ ਅਸਲੀ ਖੁਸ਼ੀ ਉਹਦੇ ਕੋਚ ਨੂੰ ਹੁੰਦੀ ਹੈ ਕਿਉਂਕਿ ਉਹ ਜਿਹੜਾ ਬੱਚੇ ਹੁੰਦੇ ਉਹ ਆਪਣੇ ਬੱਚਿਆਂ ਨਾਲੋਂ ਵੀ ਜ਼ਿਆਦਾ ਪਿਆਰੇ ਹੁੰਦੇ ਆ ਉਹਦੇ ਉਹਦੀ ਲਈ ਹੀ ਪਨੀਰੀ ਉਸ ਵਾਲੇ ਉਹ ਫਲ ਉਹਨੂੰ ਉਹਨੂੰ ਮਿਲ ਗਿਆ ਅੱਛਾ ਤੁਸੀਂ ਜਿਹੜੀ ਪਿੱਛੇ ਫਿਲਮ ਬਣੀ ਆ ਰੈਸਲਿੰਗ ਦੇ ਉੱਤੇ ਦੰਗਲ ਹਾਂਜੀ ਹਾਂਜੀ ਦੰਗਲ ਦੇ ਵਿੱਚ ਜਿਹੜਾ ਜਿਹੜੇ ਟ੍ਰੇਨਿੰਗ ਦੇ ਦੇਣ ਵਾਲੇ ਉਹਨਾਂ ਨੂੰ ਦੋ ਕੋਚ ਸੀ ਉਹਨਾਂ ਵਿੱਚ ਤੁਸੀਂ ਵੀ ਇੱਕ ਸੀਗੇ ਹਾਂਜੀ ਤੇ ਉਹਦੇ ਬਾਰੇ ਥੋੜਾ ਦੱਸੋ ਵੀ ਅਮੀਰ ਖਾਨ ਕਿਸ ਤਰ੍ਹਾਂ ਦੀ ਸ਼ਖਸੀਅਤ ਆ ਕਿਉਂਕਿ ਗੁਜਰਵਾਲ ਕਲਾਰਾ ਪਰ ਸਾਡੇ ਉੱਤੇ ਉਹਨਾਂ ਦੀ ਇਸ ਫਿਲਮ ਦੀ ਸ਼ੂਟਿੰਗ ਹੋਈ ਆ ਬਿਲਕੁਲ ਜੀ ਐਕਚੁਅਲੀ ਬੰਬੇ ਦੇ ਵਿੱਚ ਜਿਹੜਾ ਸਾਡਾ ਸੈਂਟਰ ਆ ਸੋ ਅਰिजिनल ਸੈਂਟਰ ਐ სპੋਰਟਸ ਅਥਾਰਟੀ ਆਫ ਇੰਡੀਆ ਦਾ ਇਹ ਇੱਕ ਬਹੁਤ ਹੀ ਸੂਟੇਬਲ ਸੈਂਟਰ ਆ ਉੱਥੇ ਸਾਰੀ ਫੈਸਿਲਿਟੀ ਸੀਗੀ ਰੈਸਲਿੰਗ ਮੈਟ ਸੀ ਹਾਲ ਸੀ ਪੂਰੀ ਸਿਕਿਉਰਿਟੀ ਸੀ ਕੋਈ ਮਤਲਬ ਕਿਸੇ ਤਰ੍ਹਾਂ ਦੀ ਡਿਸਟਰਬੈਂਸ ਨਹੀਂ ਤੁਹਾਨੂੰ ਪਤਾ ਵੀ ਜਿਹੜੇ ਸੈਲੀਬ੍ਰਿਟੀ ਲੋਕ ਆ ਇਹਨਾਂ ਦੀ ਸਿਕਿਉਰਿਟੀ ਮੇਨ ਆ ਮੇਨ ਚੀਜ਼ ਲੋਕਾਂ ਦਾ ਰਸ਼ ਪੈ ਜਾਂਦਾ ਕੋਈ ਇਹਨਾਂ ਨਾਲ ਕੋਈ ਪ੍ਰੋਬਲਮ ਨਾ ਹੋ ਜਾਏ ਕੋਈ ਮਤਲਬ ਕਿਸੇ ਤਰ੍ਹਾਂ ਦਾ ਕੋਈ ਝਗੜਾ ਨਾ ਹੋ ਜਾਏ ਤੇ ਉਹਨਾਂ ਨੇ ਉਹ ਸਾਡਾ ਜਿਹੜਾ ਮੈਰਾ ਸੈਂਟਰ ਆ ਉਹਨਾਂ ਨੇ ਉਹ ਹੀ ਸਰਚ ਕੀਤਾ ਸੀ ਸੈਲੈਕਟ ਕੀਤਾ ਵੀ ਇਹ ਹੀ ਸੂਟੇਬਲ ਪਲੇਸ ਆ ਜਿੱਥੇ ਮੈਂ ਅਮੀਰ ਖਾਨ ਪਈ ਔਰ ਸੈਲੀਬ੍ਰਿਟੀ ਲੜਕੀਆਂ ਜਿਹੜੀ ਗੀਤਾ ਤੇ ਬੁਬੀਤਾ ਬਣਦੀਆਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਉਹਨਾਂ ਨੂੰ ਟ੍ਰੇਨਿੰਗ ਲਈ ਉਹ ਸਾਡੇ ਕੋਲ ਉਹਨਾਂ ਦੇ ਕੁਝ ਹਫ਼ਤੇ ਦੇ ਵਿੱਚ ਕਦੀ 5 ਦਿਨ ਕਦੀ 6 ਦਿਨ ਆ ਉਹ ਲਗਾਤਾਰ 1.5 ਤੋਂ 1.5 ਸਾਲ ਦੇ ਕਰੀਬ ਟ੍ਰੇਨਿੰਗ ਅਮੀਰ ਖਾਨ ਦੀ ਸਾਡੇ ਕੋਲ ਚੱਲੀ ਆ ਮੈਂ ਸੀ ਸਪੋਰਟ ਅਥਾਰਟੀ ਆ ਫਿਰ ਇੰਡੀਆ ਵਾਲੋ ਮੇਨ ਕੋਚ ਔਰ ਫਿਲਮ ਵਾਲੋ ਮੇਨ ਕੋਚ ਦਾ ਕਿਰਪਾ ਸ਼ੰਕਰ ਜੋ ਅਰਜਨਾ ਵਰਡੀ ਹੈ ਔਰ ਵਰਲਡ ਕਲਾਸ ਰੈਸਲਰ ਆ ਰੇਲਵੇ ਦਾ ਫਸੇ ਦੋਨਾਂ ਨੇ ਕੋਚਿੰਗ ਕੀਤੀ ਸਾਰੀ ਜਮੇ ਉਹਦੇ ਵਿੱਚ ਅਸਲ ਦੇ ਵਿੱਚ ਉਹ ਜਿਹੜੀ ਕਹਾਣੀ ਆ ਫਿਲਮ ਦੀ ਉਹ ਇੱਕ ਰੈਸਲਰ ਬਾਪ ਦੀਆਂ ਦੇ ਘਰ ਤੀਆਂ ਜੰਮਦੀਆਂ ਨੇ ਤੇ ਉਹ ਪਹਿਲਾਂ ਤਾਂ ਮਤਲਬ ਬੇਟਾ ਚਾਹਦਾ ਹੁੰਦਾ ਪਰ ਜਦੋਂ ਐਟ ਦਾ ਐਂਡ ਮਾਹੌਲ ਇਸ ਕਿਸ ਤਰ੍ਹਾਂ ਸਿਰਜਿਆ ਜਾਂਦਾ ਫਿਰ ਉਹ ਆਪਣੀਆਂ ਬੇਟੀਆਂ ਦੇ ਵਿੱਚੋਂ ਮਤਲਬ ਉਹ ਚੀਜ਼ ਪ੍ਰਾਪਤ ਕਰਨੇ ਚਾਹੁੰਦਾ ਜਿਹੜੀ ਬੇਟੇ ਕੋਲੋਂ ਚਾਹੁੰਦਾ ਸੀ ਇਹ ਹਰਿਆਣਾ ਦੇ ਇੱਕ ਪਰਿਵਾਰ ਦੀ ਕਹਾਣੀ ਆ ਹੁਣ ਹਰਿਆਣਾ ਜਦੋਂ ਕੱਲ ਰੈਸਲਿੰਗ ਦੀ ਆਉਂਦੀ ਆ ਅੱਜ ਹਰਿਆਣਾ ਬਹੁਤ ਅੱਗੇ ਆ 66 ਦੇ ਵਿੱਚ ਪੰਜਾਬੀ ਸੂਬਾ ਬਣਿਆ ਉਸ ਹਰਿਆਣਾ ਸਾਡੇ ਨੂੰ ਵਕ ਹੋਇਆ ਤੇ ਇਹ ਪੰਜਾਬ ਦੇ ਵਿੱਚ ਕਦੇ ਨਹੀਂ ਉਸ ਤਰ੍ਹਾਂ ਦੇ ਪਹਿਲਵਾਨ ਪੈਦਾ ਹੋ ਰਹੇ ਜਿਹਹੇ ਹਰਿਆਣਾ ਜੈਸ ਵੜੇ ਹੋ ਰਹੇ ਨੇ ਗਿੱਲ ਸਾਹਿਬ ਇੱਕ ਤਾਂ ਗੱਲ ਇਹ ਆ ਵੀ ਜੋ ਹਰਿਆਣਾ ਬਹੁਤ ਅੱਗੇ ਆ ਪੰਜਾਬ ਨਾਲੋਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹਦਾ ਇਹ ਇਹਦੇ ਪਿੱਛੇ ਰੀਜਨ ਹੈ ਇੱਕ ਤਾਂ ਪੰਜਾਬ ਦੇ ਵਿੱਚ ਕਈ ਸਾਲ ਜਿਹੜਾ ਮਾਹੌਲ ਬਹੁਤ ਖਰਾਬ ਰਿਹਾ ਮੈਨੂੰ ਲੱਗਦਾ 2 ਵਜੇ ਬੱਸਾਂ ਬੰਦ ਹੋ ਜਾਂਦੀਆਂ ਸੀ ਤੇ ਜਿਹੜੀ ਪ੍ਰੈਕਟਿਸ ਹੁੰਦੀ ਉਹ ਤਕਰੀਬਨ 5 ਵਜੇ ਸ਼ੁਰੂ ਹੁੰਦੀ ਆ ਗਰਮੀਆਂ ਦੇ ਵਿੱਚ ਤੇ ਸਿਆਲ ਦੇ ਵਿੱਚ ਵੀ ਚਲੋ ਪਹਿਲਾਂ ਹੋ ਜਾਂਦੀ ਆ ਧੁੰਦਾਂ ਪੈ ਜਾਂਦੀਆਂ ਆ ਸਵੇਰੇ ਆਉਣਾ ਜਾਣਾ ਜਿਹੜਾ ਖਿਡਾਰੀ ਆ ਉਹ ਕੋਈ 40 ਕਿਲੋਮੀਟਰ ਤੋਂ ਆਉਂਦਾ ਕੋਈ 50 ਕਿਲੋਮੀਟਰ ਤੋਂ ਆਉਂਦਾ ਕਿਸੇ ਨੇ ਬੱਸੇ ਆਉਣਾ ਕਿਸੇ ਨੇ ਜਾਣਾ ਜਦੋਂ ਉਹਨੂੰ ਬੱਸ ਨਹੀਂ ਮਿਲਨੀ ਬੱਸ ਉਹਨੂੰ ਨਹੀਂ ਮਿਲਨੀ ਤੇ ਉਹ ਮਾਹੌਲ ਇਸ ਤਰ੍ਹਾਂ ਦਾ ਸੀ ਉਹ ਉਹ ਦੌਰ ਚਲੋ ਬੀਤ ਗਿਆ ਅੱਜ ਜਿਵੇਂ ਹੁਣ ਅੱਜ ਇਸ ਪੱਖੋਂ ਮਤਲਬ ਅਸੀਂ ਸਮਝਦੇ ਹਾਂ ਵੀ ਪੰਜਾਬ ਸੇਫ ਆ ਤੇ ਅੱਜ ਵੀ ਪੰਜਾਬ ਦੇ ਵਿੱਚ ਕੋਈ ਖੇਡਾਂ ਦੇ ਕਿਸੇ ਵੀ ਸਾਈਡ ਦੇ ਉੱਤੇ ਕੋਈ ਬੜੀ ਪ੍ਰਾਪਤੀ ਦਿਖਣ ਨੂੰ ਮਿਲਦੀ ਨਹੀਂ ਹੈਗੀ ਔਰ ਪਿੱਛੇ ਜੇ ਇਵਨ ਮੈਨੂੰ ਤਾਂ ਇਹ ਪਤਾ ਲੱਗਿਆ ਹੈਗਾ ਵੀ ਜਿਹੜੇ ਜਿਹੜੇ ਕੋਚਸ ਵੀ ਪੰਜਾਬ ਦੇ ਵਿੱਚ हायर ਕੀਤੇ ਜਾਂਦੇ ਉਹ ਪੰਜਾਬ ਦੇ ਬੱਚੇ ਨਹੀਂ हायर ਕੀਤੇ ਜਾਂਦੇ ਬਾਹਰੋਂ ਲਿਆਂਦੇ ਜਾਂਦੇ ਆ ਐਕਚੁਅਲੀ ਗੱਲ ਸਾਬ ਕੀ ਆ ਜਦੋਂ ਇਹ ਜਿਹੜੀ ਖਿਡਾਰੀਆਂ ਨੂੰ ਤਿਆਰ ਕਰਨ ਲਈ ਕੋਚੇ ਦਾ ਬਹੁਤ ਵੱਡਾ ਹੱਥ ਆ ਜਿੱਦਾਂ ਟੀਚਰ ਦਾ ਹੱਥ ਆ ਬੱਚੇ ਨੂੰ ਸਕੂਲ ਵਿੱਚ ਪੜਾਉਣਾ ਹੁੰਦਾ ਬਿਲਕੁਲ ਅਗਰ ਕੋਚ ਹੀ ਨਹੀਂ ਆ ਤਾਂ ਬੱਚਾ ਕਿੱਦਾਂ ਤਿਆਰ ਹੋਊਗਾ ਹਾਂ ਔਰ ਜਿਹੜੀ ਪੰਜਾਬ ਸਪੋਰਟ ਡਿਪਾਰਟਮੈਂਟ ਹੈ ਉਹ ਡਿਪਾਰਟਮੈਂਟ ਬਿਲਕੁਲ ਜਿੱਦਾਂ ਬਹੁਤ ਡਾਊਨ ਲੈਵਲ ਤੇ ਚਲਾ ਗਿਆ ਜਿਹੜੇ ਕੋਚ ਉਹਨਾਂ ਨੇ ਅੱਜ ਤੋਂ 35 ਸਾਲ ਜਾਂ 40 ਸਾਲ ਪਹਿਲਾਂ ਭਰਤੀ ਕੀਤੀ ਸੀ ਉਦੋਂ ਬਾਅਦ ਕਈ ਸਾਲ ਜਦੋਂ ਉਹ ਰਿਟਾਇਰ ਹੋ ਗਿਆ ਉਦੋਂ ਕਈ ਸਾਲ ਬਾਅਦ ਜਿਹੜੇ ਕੋਚ ਹੀ ਨਹੀਂ ਭਰਤੀ ਹੋਏ ਅੱਛਾ ਜੇ ਹੋਏ ਤਾਂ 15 14 ਸਾਲ ਬਾਅਦ ਹੋਏ ਆ ਜਿਹਦੇ ਵਿੱਚ ਕੋਈ ਕੋਰਟ ਕੇਸ ਹੋ ਗਿਆ ਜਿਹੜੇ ਟੀਚਰਾਂ ਵਾਲੇ ਹੀ ਕੰਮ ਹੋ ਰਿਹਾ ਸੀ ਸਕੂਲ ਦਾ ਟੀਚਰ ਰਟਾਇਰ ਹੋਇਆ ਨਵਾਂ ਆ ਨਹੀਂ ਰਿਹਾ ਕੱਲਾ ਡਿਸਟ੍ਰਿਕਟ ਸਪੋਰਟ ਆਫਸਰ ਹੀ ਬੈਟਦਾ ਸੀ ਕਈਆਂ ਜ਼ਿਲ੍ਹਿਆਂ ਦੇ ਵਿੱਚ ਤਾਂ ਕੋਚ ਨਾਂ ਦੀ ਕੋਈ ਉੱਥੇ ਗੱਲ ਨਹੀਂ ਸੀ ਫਿਰ ਪੰਜਾਬ ਪੁਲਿਸ ਦੇ ਆਏ ਜਦੋਂ ਕਾਂਸਟੇਬਲ ਆ ਗਿਆ ਕੋਈ ਹੌਲਦਾਰ ਆ ਗਿਆ ਕੋਈ ਅੱਛਾ ਪਲੇਅਰ ਆ ਗਿਆ ਉਹਨੇ ਆ ਕੇ ਕੋਚਿੰਗ ਕੀਤੀ ਲੇਕਿਨ ਕੋਚ ਅਕਲਗ ਗੱਲ ਹੈ ਇੱਕ ਸਿਪਾਈ ਹੌਲਦਾਰ ਲੱਗਾ ਲਿਆ ਹਰ ਬੰਦੇ ਦਾ ਆਪਣਾ ਆਪਣਾ ਜੋ ਹੈ ਬਿਲਕੁਲ ਹੁੰਦਾ ਹੈਗਾ ਭਈ ਕੋਚ ਕੋਚ ਹੀ ਆ ਪਲੇਅਰ ਪਲੇਅਰ ਹੀ ਆ ਬਿਲਕੁਲ ਨਾਲੇ ਉਹਨੂੰ ਫ੍ਰੀ ਕਰਾਉਣੀ ਚਾਹੀਦੀ ਆ ਵੀ ਮੈਂ ਆਈ ਆ ਚਾਹਤ ਉਹਨਾਂ ਨੂੰ ਐਨੈਸ ਕਰਾਉਂਦੇ ਹੂੰ ਕੋਰਸ ਕਰਾਉਂਦੇ ਹੂੰ ਕੁਝ ਲੋਕਾਂ ਨੇ ਕੋਰਸ ਕੀਤੇ ਵੀ ਆ ਚੰਗੇ ਰਿਜ਼ਲਟ ਵੀ ਆਏ ਆ ਪੁਲਿਸ ਵਾਲੋਂ ਜਿਹੜੇ ਕੋਚ ਆਏ ਆ ਹੂੰ ਪਰ ਚਲੋ ਉਹਨਾਂ ਨੇ ਫਿਰ ਵੀ ਕੰਮ ਕੀਤਾ سپورٹس অথরিটি ਆਫ ਇੰਡੀਆ ਨੇ ਦੀਆਂ ਪਾਲਿਸੀਆਂ ਜਿਹੜੀਆਂ ਹਨ ਉਹਨਾਂ ਵੀ ਖਰਾਬ ਕੀਤਾ ਕਿਉਂਕਿ ਜਿਹੜੇ سپورਟ অথরিটি ਆਫ ਇੰਡੀਆ ਦੇ ਕੋਚ ਹੈ ਉਹ ਸਟੇਟਾਂ ਦੇ ਵਿੱਚ ਕੰਮ ਕਰਦੇ ਆ ਡਿਸਟ੍ਰਿਕਟ ਸਪੋਰਟਸ ਅਫਸਰ ਦੇ ਨਾਲ ਜਾਂ ਜਿੱਥੇ ਰੀਜਨਲ ਸੈਂਟਰ ਹੈ ਉਹਨਾਂ ਨਾਲ ਕੰਮ ਕਰਦੇ ਯੂਨੀਵਰਸਿਟੀਾਂ ਵਿੱਚ ਕੰਮ ਕਰਦੇ ਆ ਕਾਲਜ ਦੇ ਵਿੱਚ ਸੈਂਟਰ ਬਣਾਉਂਦੇ ਆ ਜਿੱਦਾਂ ਪੰਜਾਬ ਦੇ ਵਿੱਚ ਤਕਰੀਬਨ ਦੋ ਵਾਰੀ ਹੋਇਆ ਮੇਰੀ ਵੀ ਇੱਥੇ ਪੋਸਟਿੰਗ ਰਹੀ ਆ ਜਿੱਦਾਂ ਪੰਜਾਬ ਦੇ ਵਿੱਚ ਘੱਟੋ ਘੱਟ 150 ਸੈਂਟਰ ਚੱਲਦਾ ਸੀ ਜਿੱਥੇ ਕੰਮ ਕਰਦੇ ਸੀ 150 ਕੋਚ ਸਾਡੇ ਉਹਨਾਂ ਨੂੰ ਇੱਕਦਮੀ ਉਹਨਾਂ ਨੇ ਹਟਾ ਲਿਆ ਹਟਾ ਕੇ ਆਪਣੇ ਸੈਂਟਰਾਂ ਦੇ ਵਿੱਚ ਸਹੀ ਨਹੀਂ ਲੱਗਾ ਅੱਛਾ ਜਿੱਥੇ ਇੱਕ ਸੈਂਟਰ ਦੇ ਉੱਤੇ 20-20 ਕੋਚ ਹੋਏ ਜਿੱਥੇ ਦੋ-ਦੋ ਕੋਚਾਂ ਦਾ ਕੰਮ ਸੀਗਾ ਉਹ ਸਾਰੇ ਇੱਕਦਮ ਸੈਂਟਰ ਬੰਦ ਹੋ ਗਏ ਕਿਉਂਕਿ ਸੈਂਟਰ ਚਲਾਉਣ ਨੂੰ ਘੱਟੋ-ਘੱਟ 5 ਤੋਂ 7-7 ਸਾਲ ਲੱਗਦੇ ਆ ਤਾਂ ਜਾ ਕੇ ਥੋੜੀ-ਥੋੜੀ ਰਿਜ਼ਲਟ ਆਉਂਦੇ ਆ ਤੇ ਫਿਰ ਜਦੋਂ ਉਹਨੂੰ ਦੁਬਾਰਾ ਆਪਾਂ ਸਟੇਬਲਿਸ਼ ਕਰਦੇ ਆ ਫਿਰ 5-7 ਸਾਲ ਲੱਗਦੇ ਆ ਉਹ ਦੋ-ਤਿੰਨ ਵਾਰ ਇਦਾਂ ਹੋਇਆ ਕੋਚੇ ਦੀ ਟਰਾਂਸਫਰ ਦੇ ਨਾਲ ਉਹ ਸਾਰਾ ਜਿਹੜਾ ਦੌਨ ਹੀ ਕੰਮ ਚੱਲਾ ਗਿਆ ਗੇਮ ਦੇ ਵਿੱਚ ਜਿਹੜਾ ਸੀ ਵੈਸੇ ਵੀ ਆਪਾਂ ਓਵਰਆਲ ਪੰਜਾਬ ਦੀ ਗੱਲ ਨਾ ਕਰੀਏ ਓਵਰਆਲ ਇੰਡੀਆ ਦੀ ਗੱਲ ਕਰੀਏ ਆ ਰੋਮਾਂਟਿਕ ਗੱਲ ਇਹ ਹੈ ਵੀ ਥੋੜਾ ਜਿਹਾ ਕ੍ਰਿਕਟ ਵਾਲ ਨੂੰ ਲੋਕ ਹੈਗੇ ਨੇ ਅਦਰਵਾਇਜ਼ ਜਿਹੜੀਆਂ ਦੂਸਰੀਆਂ ਸਾਰੀਆਂ ਖੇਡਾਂ ਦੇ ਵਿੱਚ ਹੀ ਨਿਰਾਸ਼ਾ ਜਨ ਕਈ ਰਿਜ਼ਲਟ ਮਿਲ ਰਹੇ ਨੇ ਅੱਜ ਕੱਲ ਤੁਸੀਂ ਅੰਤ ਦੇ ਵਿੱਚ ਕੀ ਕਹਿਣਾ ਚਾਹੋਗੇ ਸਾਡੇ ਪਲੇਅਰਾਂ ਨੂੰ ਦਰਸ਼ਕਾਂ ਨੂੰ ਸਾਡੇ ਕੋਲ ਇੱਕ ਮਿੰਟ ਆ ਐਕਚੁਅਲੀ ਦੇਖੋ ਜੋ ਵੀ ਹੈ ਇਹ ਹਰ ਬੰਦਾ ਚਾਹੁੰਦਾ ਵੀ ਮੈਨੂੰ ਮੈਂ ਸੁਖਾ ਰਹਿ ਕੇ ਚੰਗੇ ਪੈਸੇ ਕਮਾ ਲਮਾ ਜਿਹੜੀ ਹੁਣ ਰੈਸਲਿੰਗ ਹੈ ਮਾਰਸ਼ਲ ਗੇਮ ਹੈ ਹੋਰ ਵੀ ਬਹੁਤ ਸਾਰੀਆਂ ਗੇਮਾਂ ਜਿਹੜੀਆਂ ਮਾਰਸ਼ਲ ਗੇਮ ਆ ਉਹਦੇ ਵਿੱਚ ਬਹੁਤ ਪਸੀਨਾ ਵਹਾਉਣਾ ਪੈਂਦਾ ਤਾਂ ਜਾ ਕੇ ਰਿਜ਼ਲਟ ਆਉਂਦਾ ਔਰ ਰਿਜ਼ਲਟ ਵੀ ਲੇਟ ਆਉਂਦਾ ਆ ਅੱਜ ਹਰ ਪੇਰੈਂਟ ਜਿਹੜਾ ਉਹ ਜਲਦੀ ਰਿਜ਼ਲਟ ਮੰਗਦਾ ਤੇ ਇਸ ਕਰਕੇ ਜਿਹੜੇ ਲੋਕ ਐ ਸੋਖੀਆਂ ਗੇਮਾਂ 'ਚ ਚਲੇ ਜਾਂਦੇ ਆ ਤੇ ਮੈਂ ਤੇ ਇਹ ਕਹੂੰਗਾ ਮੈਂ ਰੈਸਲਿੰਗ ਦਾ ਕੋਚ ਆ ਔਰ ਰੈਸਲਿੰਗ ਜੋ ਮੈਨੂੰ ਸਭ ਕੁਝ ਮਿਲਿਆ ਇੰਟਰਨੈਸ਼ਨਲ ਲੈਵਲ ਤੇ ਆਪਣੇ ਡਿਪਾਰਟਮੈਂਟ ਵੱਲੋਂ ਲੋਕਾਂ ਵੱਲੋਂ ਔਰ ਮੈਂ ਤੇ ਇਹ ਕਹੂੰਗਾ ਵੀ ਰੈਸਲਿੰਗ ਬਹੁਤ ਵਧੀਆ ਗੇਮ ਹੈ ਔਰ ਇਹਦੇ ਵਿੱਚ ਆਓ ਔਰ ਆਪਣਾ ਨਾਂ ਜਿਹੜਾ ਕਮਾਓ ਰੈਸਲਿੰਗ ਇੱਕ ਗੇਮ ਨਾ ਹੋ ਕੇ ਇੱਕ ਤਰ੍ਹਾਂ ਨਾਲ ਨਾ ਜੀਵਨ ਦਾ ਵੀ ਇੱਕ ਰਸਤਾ ਹੈਗਾ ਡਿਸਪਲਨ ਜਿਹੜਾ ਗੇਮਾਂ ਸਿਖਾਉਂਦੀਆਂ ਨੇ ਮੇਰੇ ਖਿਆਲੋਂ ਸਭ ਤੋਂ ਉੱਤਮ ਚੀਜ਼ ਆ ਅਸੀਂ ਅੱਜ ਆਪਣੀ ਇਸ ਗੱਲਬਾਤ ਨੂੰ ਸੰਗਾ ਸਾਹਿਬ ਨਾਲ ਇੱਥੇ ਹੀ ਸਮਾਪਤ ਕਰਦੇ ਹਾਂ ਆਉਣ ਵਾਲੇ ਹਫਤੇ ਇੱਕ ਹੋਰ ਇਸ ਤਰ੍ਹਾਂ ਦੀ ਸੋਹਣੀ ਖੁਸ਼ੀ ਤੇ ਨੂੰ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਬਹੁਤ-ਬਹੁਤ ਪਿਆਰ ਤੇ ਸਤਿਕਾਰ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ